ਸ਼੍ਰੀਕਾਲ ਜੀ, ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਫੇਵਰੇਟ ਸ਼ੋ ਗੱਲਾਂ ਵਿਦ ਗੁਲਾਬੋ ਫਿਰ ਤੋਂ ਹਾਜ਼ਰ ਹੋ ਗਏ ਜੀ ਆਪਾਂ ਲੈ ਕੇ। ਆ ਜਾਓ ਜੀ, ਆ ਜਾਓ, ਸਾਨੂੰ ਫੋਨ ਕਾਲਸ ਕਰਨੀਆਂ ਨੇ। ਆ ਜਾ, ਟੌਪਿਕ ਤਾਂ ਪੁੱਛਿਆ ਨਹੀਂ ਤੁਸੀਂ, ਮੈਂ ਦੱਸਿਆ ਵੀ ਨਹੀਂ। ਅੱਜ ਸਾਡਾ ਟੌਪਿਕ ਹੈਗਾ ਜੀ ਗੱਪਾਂ। ਸਮਝ ਲੱਗ ਗਈ? ਮਤਲਬ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਉੱਚੀਆਂ ਉੱਚੀਆਂ ਗੱਲਾਂ ਕਰਨੀਆਂ, ਫੁਕਰੀਆਂ ਮਾਰੀ ਜਾਣੀਆਂ, ਐਵੇਂ ਹੈ ਨਾ, ਵੱਡੀਆਂ ਵੱਡੀਆਂ ਗੱਪਾਂ ਮਾਰਨੀਆਂ। ਇਹ ਤੁਸੀਂ ਮੈਨੂੰ ਦੱਸਣਾ ਵੀ ਤੁਹਾਡੇ ਘਰ 'ਚ ਕੋਈ ਐਸਾ ਹੈਗਾ, ਜਾਂ ਤੁਹਾਡੇ ਰਿਸ਼ਤੇਦਾਰਾਂ 'ਚ ਕੋਈ ਹੈਗਾ, ਜਾਂ ਤੁਹਾਡੇ ਯਾਰ ਦੋਸਤਾਂ 'ਚ ਕੋਈ ਐਸਾ ਹੈਗਾ ਜਿਹੜੀਆਂ ਐਵੇਂ ਹਵਾ 'ਚ ਗੱਪਾਂ ਛੱਡੀ ਜਾਂਦਾ। ਮੇਰੀਆਂ ਗੱਪਾਂ ਤਾਂ ਤੁਸੀਂ ਸੁਣੀਆਂ ਹੀ ਹੋਣੀਆਂ, ਹੁਣ ਆਪਾਂ ਤੁਹਾਡੀਆਂ ਗੱਪਾਂ ਸੁਣੀਆਂ ਵੀ ਤੁਹਾਡੇ ਰਿਸ਼ਤੇਦਾਰਾਂ 'ਚ ਕੋਈ, ਜਾਂ ਤੁਸੀਂ ਆਪਣੀ ਕੋਈ ਗੱਪ ਸੁਣਾਉਣੀ, ਤੁਸੀਂ ਕਿਸੇ ਸਾਹਮਣੇ ਐਵੇਂ ਨੰਬਰ ਬਣਾ ਲਈ ਤੁਸੀਂ ਗੱਪਾਂ ਮਾਰੀਆਂ ਹੋਣ, ਹੈ ਕਿ ਨਹੀਂ? ਫੋਨ ਕਰਨਾ ਜੀ 3 4 7 2 5 2 1 2 3 2 'ਤੇ ਸੁਣਾਉਣੀਆਂ ਨੇ ਮੈਨੂੰ ਆਪਣੀਆਂ ਗੱਪਾਂ। ਅੱਜ ਦਾ ਟੌਪਿਕ ਸਾਡਾ ਇਹੀ ਹੈਗਾ ਜੀ, ਤਦ ਤੱਕ ਤੁਸੀਂ ਮੇਰੀਆਂ ਗੱਪਾਂ ਸੁਣੋ। ਤੁਹਾਨੂੰ ਪਤਾ ਮੈਂ ਜਦੋਂ ਨਵੀਂ ਚੈਨਲ 'ਚ ਜਾਣਾ ਸ਼ੁਰੂ ਹੋਈ, ਤੁਹਾਨੂੰ ਮੈਂ ਦੱਸਿਆ ਸੀਗਾ ਸ਼ਾਇਦ ਪਹਿਲਾਂ ਵੀ, ਮੈਂ ਜਦੋਂ ਨਵੀਂ ਨਾ ਗੱਲਾਂ ਤੁਹਾਡੇ ਨਾਲ ਕਰਨੀਆਂ ਸ਼ੁਰੂ ਹੋਈ ਕੈਮਰੇ ਸਾਹਮਣੇ, ਮੈਨੂੰ ਇੱਦਾਂ ਲੱਗਾ ਵੀ ਜਿੱਦਾਂ ਨਾ ਮੈਂ ਹੀਰੋਇਨ ਬਣ ਗਈ ਹਾਂ, ਮੈਂ ਐਕਟਰੈਸ ਬਣ ਗਈ ਹਾਂ, ਮੈਂ ਨਾ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਇੱਕ ਦਿਨ ਮੈਂ ਟੀ ਵੀ ਵੇਖ ਰਹੀ ਸੀਗੀ, ਆਰਾਮ ਨਾਲ ਬਹਿ ਕੇ ਮੈਂ ਟੀ ਵੀ ਵੇਖ ਰਹੀ, ਡਾਇਰੈਕਟਰ ਸਰ ਦਾ ਫੋਨ ਆ ਗਿਆ। ਮੈਂ ਕਿਹਾ ਜੇ ਮੈਂ ਆਪ ਫੋਨ ਚੱਕ ਲਿਆ, ਇਹਨਾਂ ਨੇ ਕਹਿਣਾ ਖਰੇ ਵਿਹਲੀ ਹੈ। ਮੈਂ ਇੱਦਾਂ ਕੀਤਾ, ਮੇਰੇ ਪਾਪਾ ਨਾਲ ਬੈਠੇ ਸੀਗੇ, ਮੈਂ ਪਾਪਾ ਨੂੰ ਕਿਹਾ ਪਾਪਾ ਤੁਸੀਂ ਫੋਨ ਚੱਕਣਾ, ਤੁਸੀਂ ਉਹਨਾਂ ਨੂੰ ਕਹਿਣਾ ਵੀ ਸਲੋਨੀ ਜੀ ਨਾ ਕਾਰ ਡਰਾਈਵ ਕਰ ਰਹੇ ਨੇ, ਮੈਂ ਉਹਨਾਂ ਦਾ PA ਬੋਲ ਰਿਹਾ, ਮਤਲਬ ਵੱਡੀ ਵੱਡੀ ਗੱਲਾਂ ਕਰਨੀਆਂ। ਪਾਪਾ ਮੇਰੇ ਤੋਂ ਵੱਡੇ ਗੱਪੀ, ਕਹਿੰਦੇ ਠੀਕ ਹੈ। ਕਹਿੰਦੇ ਹੈਲੋ ਸਲੋਨੀ ਜੀ ਨਾ ਕਾਰ ਡਰਾਈਵ ਕਰ ਰਹੇ ਨੇ, ਮੈਂ ਉਹਨਾਂ ਦਾ PA ਬੋਲ ਰਿਹਾ, ਅਤੇ ਜਿਹੜੇ ਸਾਡੇ ਚੈਨਲ ਦੇ ਡਾਇਰੈਕਟਰ ਨੇ ਨਾ ਬਹੁਤ ਤੇਜ਼ ਨੇ। ਕਹਿੰਦੇ ਅੱਛਾ ਜੀ, ਮੈਸੇਜ ਦੇਣਾ ਸੀਗਾ ਉਹਨਾਂ ਨੂੰ ਇੱਕ। ਪਾਪਾ ਕਹਿੰਦੇ ਹਾਂਜੀ ਦੋ। ਕਹਿੰਦੇ ਉਹਨਾਂ ਨੂੰ ਇਹ ਕਹਿਣਾ ਸੀ ਵੀ ਜੇ PA ਰੱਖਣ ਜੋਗੇ ਪੈਸੇ ਆ ਗਏ ਨਾ, ਇੱਕ ਡਰਾਈਵਰ ਵੀ ਰੱਖ ਲਓ। ਮੇਰੀ ਗੱਪ ਤਾਂ ਉਸ ਲਈ ਫੜੇਗੀ, ਕਈ ਵਾਰ ਵਾਕਈ ਹੁੰਦਾ ਵੀ ਆਪਾਂ ਗੱਪਾਂ ਇੰਨੀਆਂ ਵੱਡੀਆਂ ਮਾਰ ਜਾਂਦੇ ਤਾਂ ਦੂਜਾ ਬੰਦਾ ਸਾਡੀ ਬੇਇੱਜ਼ਤੀ ਕਰ ਜਾਂਦਾ। ਤੁਹਾਡੇ ਨਾਲ ਵੀ ਕਦੀ ਹੋਇਆ ਹੋਣਾ? ਕਈਆਂ ਨੂੰ ਵੈਸੇ ਆਦਤ ਹੁੰਦੀ ਹੈ ਵੀ ਸਪੈਸ਼ਲ ਕਿਸੇ ਦੀ ਗੱਲ ਟੋਕ ਕੇ ਫਿਰ ਆਪਣੀ ਗੱਪ ਸੁਣਾਉਣੀ ਹੈ। ਬੰਦਾ ਪੁੱਛੇ ਇੰਨੀ ਕਿਹੜੀ ਫਸੀ ਹੈ ਤੈਨੂੰ ਵੀ ਜੇ ਤੂੰ ਆਪਣੀ ਗੱਪ ਸੁਣਾਉਣੀ ਹੈ 2 ਮਿੰਟ ਸਬਰ ਹੀ ਕਰ ਲੈ। ਪਰ ਨਹੀਂ ਜੀ, ਦੂਜੇ ਦੀ ਗੱਲ ਟੋਕਣੀ ਹੈ। ਕਈ ਨੂੰ ਆਦਤ ਹੁੰਦੀ ਵੀ ਆਪਣੀ ਲੱਤ ਉੱਚੀ ਰੱਖਣ ਦੀ, ਹੈ ਨਾ, ਵੀ ਕੋਈ ਆਪਣੀ ਗੱਲ ਸੁਣਾ ਰਿਹਾ ਨਾ ਆਪਣੀ ਗੱਪ ਐਵੇਂ ਛੱਡ ਦੇਣੀ ਉਹਨਾਂ ਨੇ। ਅੱਜ ਤੁਹਾਡੇ ਫੋਨ ਕਾਲ ਦੀ ਵੇਟ ਹੈਗੀ ਹੈ ਜੀ, ਫਟਾਫਟ ਕਾਲ ਕਰਕੇ ਆਪਣੀਆਂ ਗੱਪਾਂ ਸੁਣਾਉਣੀਆਂ, ਕਿਉਂਕਿ ਮੈਨੂੰ ਤਾਂ ਆਪਣੀ ਗੱਪਾਂ ਸੁਣਾਉਣ ਦੀ ਬਾਹਲੀ ਕਾਹਲੀ ਹੈਗੀ ਹੈ ਜੀ। ਕਈ ਵਾਰ ਮੈਂ ਵੇਖਿਆ ਤੁਸੀਂ ਛੋਟੇ ਹੁੰਦੇ, ਛੋਟੇ ਛੋਟੇ ਬੱਚੇ ਹੁੰਦੇ ਨਾ, ਉਹ ਇੱਦਾਂ ਦੇ ਚੁਟਲੇ ਸੁਣਾਉਣਗੇ, ਉਹ ਮੇਰੇ ਪਾਪਾ ਤਾਂ ਇੰਨੇ ਵੱਡੇ ਐ ਨੇ, ਮੇਰੇ ਪਾਪਾ ਤਾਂ ਐ, ਤੇਰੇ ਪਾਪਾ ਤਾਂ ਕੁਛ ਵੀ ਨਹੀਂ। ਮੇਰੇ ਪਾਪਾ ਦੀ ਗੱਲ ਸੁਣਾਵਾਂ ਤੈਨੂੰ, ਇੱਕ ਵਾਰੀ ਇੱਦਾਂ ਹੋ ਗਿਆ ਸੀ, ਅਤੇ ਪਾਪੇ ਵਿਚਾਰੇ ਸੋਚ ਰਹੇ ਹੁੰਦੇ ਯਾਰ ਇੱਦਾਂ ਦਾ ਕੁਛ ਨਹੀਂ ਹੋਇਆ ਸੀ, ਤੁਹਾਨੂੰ ਪਤਾ ਨਹੀਂ ਕਿੱਥੋਂ ਗੱਪਾਂ ਸੁੱਝਦੀਆਂ ਨੇ। ਮਤਲਬ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਕਈ ਮੈਂ ਵੇਖਿਆ ਸਿਆਣੇ ਬਿਆਣੇ ਬੰਦੇ ਹੁੰਦੇ ਨੇ, ਇੰਨੇ ਸਿਆਣੇ ਬਣੇ ਬੰਦੇ, ਉਹ ਵੀ ਨਹੀਂ ਸ਼ਰਮ ਕਰਦੇ, ਮਤਲਬ ਗੱਪਾਂ ਮਾਰਨ ਵੇਲੇ ਸੋਚਦੇ ਨਹੀਂ ਵੀ ਗੱਪ ਕਿਹੜੀ ਮਾਰਨੀ ਹੈ, ਅਤੇ ਲੱਗੇ ਹੁੰਦੇ ਵੱਡੀ ਵੱਡੀ ਗੱਪਾਂ ਮਾਰਨ। ਹੁਣ ਤੁਹਾਡੀ ਵਾਰੀ ਹੈ ਜੀ, ਆਹ ਵੇਖ ਲਓ ਜੀ ਕਾਲ ਆ ਗਈ ਹੈ। ਹੈਲੋ ਹੈਲੋ, ਹਾਂਜੀ, ਗੱਪ ਕਿਹੜੀ ਸੁਣਾਵਾਂ, ਮੈਨੂੰ ਤਾਂ ਗੱਪ ਆਉਂਦੀ ਨਹੀਂ। ਗੱਪ ਵੀ ਨਹੀਂ ਆਉਂਦੀ? ਦੱਸੋ, ਪੰਜਾਬੀਆਂ ਨੂੰ ਗੱਪਾਂ ਨਾ ਆਉਣ ਤਾਂ ਦੱਸੋ ਫਿਰ। ਗੱਪ ਨਹੀਂ ਆਉਂਦੀ, ਹੋਰ ਗੱਲ ਕਰੋ ਤੇ ਸੁਣਾ ਦਿਆਂਗੇ। ਅੱਛਾ, ਗੱਲ ਕਰਨੀ ਆ ਅੱਜ ਆਪਣਾ, ਗੱਪਾਂ ਸੁਣੀਆਂ, ਹੁਣ ਵੇਖਿਓ ਤੁਸੀਂ ਫੋਨ ਕੱਟੋਗੇ ਨਾ ਜਿਹੜਾ ਅਗਲਾ ਕਾਲਰ ਉਹ ਕਿੱਦਾਂ ਗੱਪਾਂ ਸੁਣਾਉਂਦਾ, ਵੇਖਿਓ ਫਿਰ। ਗੁਲਾਬੋ ਦੀ ਭੈਣ ਆ ਜੀ ਮੈਂ। ਮੜੰਗਾ ਪੈ ਜਾਂਦਾ ਭੈਣ ਭਰਾਵਾਂ ਦਾ। ਅੱਛਾ, ਪਹਿਲਾਂ ਨਾਂ ਤਾਂ ਦੱਸਿਆ ਨੀ ਤੁਸੀਂ। ਮੇਰਾ ਨਾਂ ਜੀਤਾ ਹੈ ਜੀ, ਕੀਰਤ ਸਿੰਘ। ਅੱਛਾ ਜੀ, ਕਿੱਥੋਂ? ਸਾਡੇ ਯਾਰ ਦੋਸਤ ਬਹੁਤ ਆ ਜੀ, ਇੱਥੇ ਯਾਰਾਂ ਦੋਸਤਾਂ ਨਾਲ ਹੀ ਭਰਿਓ ਆ ਸਾਰਾ। ਸਾਰੇ ਮਤਲਬ ਵੱਡੀ ਵੱਡੀ ਗੱਲਾਂ ਐਵੇਂ ਹਵਾ 'ਚ ਗੱਲਾਂ ਕਰਦੇ ਰਹਿੰਦੇ ਹੋਣੇ। ਹਾਂਜੀ, ਉਹ ਸੁਖਵੀਰ ਬਾਦਲ ਵਾਂਗੂ ਅਸੀਂ ਵੀ ਨਹਿਰਾਂ 'ਚ ਬੱਸਾਂ ਚਲਾ ਦੇਣੀਆਂ ਜੀ ਹੁਣ। ਆ ਵਧੀਆ ਸੀ, ਆ ਵਧੀਆ ਸੀ। ਮੈਂ ਹਾਂਜੀ ਹਾਂਜੀ, ਅਸੀਂ ਨਹਿਰਾਂ 'ਚ ਬੱਸਾਂ ਚਲਾ ਦੇਣੀਆਂ ਜੀ, ਕੁੰਡੀਆਂ ਲੈ ਦੇਣੀਆਂ, ਮੱਛੀਆਂ ਫੜਦੇ ਜਾਇਆ ਕਰੂਗੇ।
ਆ ਵੇਖੋ ਫਿਰ ਖਾਸ ਬਣਾਉਗੇ ਵਿੱਚ। ਬਿਲਕੁਲ ਠੀਕ ਆ, ਬਿਲਕੁਲ ਆ ਠੀਕ ਲੱਗੀ ਮੈਨੂੰ ਤੁਹਾਡੀ ਗੱਲ। ਹੋਰ ਕੀ ਕਰਨਾ ਤੁਸੀਂ? ਨਹੀਂ ਹੋਰ ਜੀ, ਅਸੀਂ ਮੈਂ ਸੋਚਦਾ ਟ੍ਰੈਫਿਕ ਵੱਧ ਗਈ ਪੰਜਾਬ 'ਚ, ਹੈਲੀਕਾਪਟਰ ਜਾਂ ਜਹਾਜ਼ ਚਲਾਉਣ ਬਾਰੇ ਸੋਚਦਾ ਜੀ। ਅੱਛਾ, ਮਤਲਬ ਜਹਾਜ਼ ਜੂਜ ਵੀ ਹੁਣ ਆਪਾਂ ਹੈ ਨਾ ਸ਼ੁਰੂ ਕਰ ਦੇਣੇ ਨੇ, ਵੀ ਉੱਪਰੋਂ ਹੀ ਉੱਪਰੋਂ ਜਾਓ। ਹਾਂਜੀ ਉੱਪਰੋਂ ਉੱਪਰੋਂ ਟ੍ਰੈਫਿਕ ਬਹੁਤ ਵੱਧ ਗਈ ਨਾ ਪੰਜਾਬ 'ਚ, ਆਪਾਂ ਸਿਰ ਬਦਲ ਕਹਿੰਦੇ ਹੁਣ ਜਿੱਦਾਂ ਕਿੱਦਾਂ। ਨਹੀਂ ਸਹੀ ਗੱਲ ਹੈ ਕਹਿੰਦੇ ਜੀ ਤੁਸੀਂ ਦੱਸੋ, ਜਿੱਦਾਂ ਹੁਣ ਚਾਹੀਦਾ ਉੱਦਾਂ। ਬਿਲਕੁਲ ਚਾਹੀਦਾ ਆ ਜੇ ਪੰਜਾਬੀ ਕੀ ਇਹ ਚੀਜ਼ ਦਾ ਤੁਹਾਡੀ ਸੋਚ ਰਲਦੀ ਹੈ ਸਾਡੇ ਨਾਲ ਕਿ ਨਹੀਂ? ਬਿਲਕੁਲ ਰਲਦੀ ਹੈ ਜੀ, ਮੈਂ ਤਾਂ ਆਪ ਗੱਪਾਂ ਬਹੁਤ ਮਾਰਦੀ ਹਾਂ, ਮੈਨੂੰ ਤਾਂ ਹੀ ਤਾਂ ਇਹਨਾਂ ਨੇ ਟੀਵੀ 'ਚ ਭੇਜਤਾ, ਕਹਿੰਦੇ ਜਾ ਕੇ ਉੱਧਰ ਜਾ ਕੇ ਗੱਪਾਂ ਮਾਰ ਕੇ ਆ। ਨਾ ਨਾ ਸਹੀ ਗੱਲ ਆ, ਸਹੀ ਗੱਲ ਆ ਜੀ। ਹੁਣ ਜਿਹੜਾ ਸੁਮੀਰ ਬਾਦਲ ਕਹਿੰਦਾ ਜੀ, ਉਹ ਤਾਂ ਕਹਿੰਦਾ ਜੀ ਬੰਬ ਮਾਰੇ ਦੇ ਸੜਕਾਂ ਟੁੱਟੂਗੀਆਂ, 20 ਸਾਲ ਦੀ ਗਾਰੰਟੀ ਦਿੰਦਾ, ਆਪਾਂ ਵਧਾ ਦੇਣੀ ਹੈ ਜੀ 50 ਸਾਲ ਖਰਾਬ ਕਰ ਦਿੰਦੇ ਜੀ। ਹੁਣ ਥੋੜੀ ਗੱਪ ਆ, ਤਾਂ ਬਾਲੀ ਲੰਬੀ ਚੌੜੀ ਗੱਪ ਆ। ਨਹੀਂ ਕਈ ਵਾਰ ਹੁੰਦਾ ਨਾ ਆਪਾਂ 4-5 ਯਾਰ ਦੋਸਤ ਇਕੱਠੇ ਖੜੇ ਹੁੰਦੇ ਆ, ਤੇ ਕਈਆਂ ਨੂੰ ਆਦਤ ਹੁੰਦੀ ਆ ਨਾ ਕਿਸੇ ਦੀ ਗੱਲ ਟੋਕ ਕੇ ਨਾ ਆਪਣੀ ਐਵੇਂ ਐਵੇਂ ਹਵਾ 'ਚ ਕੋਈ ਗੱਲ ਕਰਨ ਦੀ। ਹੋਇਆ ਕੁਛ ਜੀ ਸਾਡੇ ਤਾਂ ਇੱਥੇ? ਹਾਂਜੀ ਹਵਾ 'ਚ ਗੱਲਾਂ ਕਰਨ ਵਾਲੇ ਤਾਂ ਬਹੁਤ ਆ ਜੀ ਇੱਥੇ, ਹੈਗੇ ਨੇ ਨਾ। ਕਿਸੇ ਦੀ ਸੁਣਾ ਦਿਓ ਇੱਕ ਅੱਧੀ ਗੱਲ। ਨਹੀਂ ਉਹ ਗੱਲਾਂ ਜੀ ਇੱਥੇ ਬਹੁਤ ਜੀ, ਬੰਦੇ ਬਹੁਤ ਪਰਮਿੰਦਰ ਡੂਣੀ ਛੜੀ ਬਣਦੇ ਆ ਜੀ, ਹੈਗੇ ਜਿੱਦਾਂ ਮੇਰੇ ਵਾਂਗੂ ਛੋਟੇ ਹੁੰਦੇ ਆ, ਕੱਦ ਦੇ ਵੀ ਨਹੀਂ ਸਾਡੇ ਲੰਮੇ ਕਲਾਸ ਦੇ ਇਸਤੇ ਆ, ਉਹ ਐਵੇਂ ਪਰਮਿੰਦਰ ਡੂਣੀ ਛੜੀ ਬਣੀ ਜਾਓਗੇ ਜੀ। ਅੱਛਾ ਹੁੰਦੇ ਛੋਟੇ ਨੇ ਤੇ ਗੱਲਾਂ ਕਰਨੀਆਂ ਉਹਨਾਂ ਨੇ ਇਦਾਂ ਜਿੱਦਾਂ ਫਤਿਹ ਖਾਂ ਹੁੰਦੇ ਨੇ, ਹੈ? ਹਾਂਜੀ ਹਾਂਜੀ ਬਸ ਜੀ ਇਹੀ ਗੱਲ ਆ। ਨਹੀਂ ਤੇ ਫਿਰ ਐਸੇ ਲੋਕਾਂ ਨਾਲ ਕੀ ਤੁਸੀਂ ਫਿਰ ਇਸ਼ਾਰਾ ਕਰਦੇ ਹੋ ਇਦਾਂ ਕਿ ਲਪੇਟੀ ਜਾ, ਹੈ? ਉਹ ਮੈਂ ਸੰਨ ਵੀ ਚਸਕਾ ਮੈਂ ਤਾਂ ਗੱਲਾਂ ਸੁਣਦਾ ਸੀ, ਕਹਿੰਦੀ ਨਾ ਜੀ ਬੱਲੇ ਬੱਲੇ ਬਹੁਤ ਵਧੀਆ ਬਹੁਤ ਵਧੀਆ, ਹੋਰ ਚਾਰ ਗੱਲਾਂ ਸੁਣਾ। ਹਾਂ ਬੱਲੇ ਬੱਲੇ, ਹਾਂ ਵਾਕਈ ਫਿਰ ਟੋਕੀ ਦਾ ਨਹੀਂ ਹੈਗਾ, ਆਪਾਂ ਨੂੰ ਹੱਲਾ ਸ਼ੇਰੀ ਦੇਈਦੀ। ਹਾਂ 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 ਵਾਕਈ ਸਹੀ ਬੋਲ ਰਿਹਾ ਤੂੰ, ਹੈ ਨਾ? ਹਾਂਜੀ ਹਾਂਜੀ, ਹੁਣ ਇੱਥੇ ਜੀ ਅਮਰੀਕਾ ਜਾ ਕੇ ਹੱਲਾ ਸ਼ੇਰੀ ਰਹਿ ਗਈ ਜੀ, ਆਪਾਂ ਕਿਸੇ ਨੂੰ ਟੋਕੀ ਜਾਂ ਗਾਲ ਪੈਂਦਾ ਅਗਲਾ, ਉਹ ਟੋਕ ਤੇ ਸਕਦੇ ਨਹੀਂ, ਹੈ ਨਾ? ਹਾਂਜੀ ਹਾਂਜੀ ਅਗਲੇ ਨੇ ਬਹੁਤ ਵਧੀਆ, ਅਗਲਾ ਹੋਰ ਵੀ ਚਾਰ ਗੱਲਾਂ ਸੁਣਾਉਂਦਾ। ਅੱਛਾ ਜੀ, ਤੁਹਾਡੇ ਵਰਗੇ ਯਾਰ ਦੋਸਤ ਹੋ ਨਾ, ਦੁਸ਼ਮਣਾਂ ਦੀ ਲੋੜ ਨਹੀਂ ਪੈਂਦੀ, ਹੈ ਨਾ? ਮੈਂ ਅਗਲਾ ਗੱਪ ਮਾਰੇ ਤੇ ਹੱਲਾ ਸ਼ੇਰੀ ਦੇ ਰਹੇ ਹੋ। ਮੇਰੀ ਗੱਲ ਸੁਣੀ, ਦੁਸ਼ਮਣ ਜਦੋਂ ਤੋਂ ਆਪਾਂ ਸਮਝਾਉਂਦੇ ਆ, ਉਹ ਅਗਲਾ ਕਹਿੰਦਾ ਸਾਡੇ ਡਾਂਗ ਮਾਰਦੇ ਆ, ਮੰਦਰ ਕੀ ਕਰੋ ਤੇ ਤੁਸੀਂ ਦੱਸੋ ਵੇ ਹੁਣ। ਆ ਵੀ ਠੀਕ ਆ। ਹਾਂਜੀ ਜਦੋਂ ਸਮਝਾਉਂਦੇ ਆ ਗੱਲ ਗਲਤ ਆ, ਉਹ ਕਹਿੰਦਾ ਨਹੀਂ ਅਸੀਂ ਸਹੀ ਆ, ਤੂੰ ਗਲਤ ਆ, ਫੇਰ ਬੰਦੇ ਇਹਨਾਂ ਚੰਗਾ ਇਹਨਾਂ ਕਹਿਦਾ ਤੂੰ ਸਹੀ ਆ। ਕਈ ਕਈ ਕਹਿੰਦੇ ਨੇ ਨਾ, ਉਹ ਸਾਡੇ ਇੱਕ ਕਮਰੇ 'ਚੋਂ ਦੂਜੇ ਕਮਰੇ 'ਚ ਜਾਣ ਲਈ ਨਾ ਮੋਟਰਸਾਈਕਲ ਚਾਹੀਦਾ ਆ, ਸੀਗਾ ਨਾ ਇੱਕ ਬਚਪਨ 'ਚ ਆਪਾਂ ਗੱਲਾਂ ਸੁਣਾਉਂਦੇ ਸੀਗੇ, ਉਹ ਸਾਡਾ ਘਰ ਏਡਾ ਵੱਡਾ ਆ ਵੀ ਇੱਕ ਕਮਰੇ 'ਚੋਂ ਦੂਜੇ ਕਮਰੇ ਜਾਣ ਲਈ ਸਾਈਕਲ ਚਾਹੀਦਾ ਆ, ਦੂਜਾ ਕਹਿੰਦਾ ਮੋਟਰਸਾਈਕਲ ਚਾਹੀਦਾ ਆ, ਤੀਜਾ ਕਹਿੰਦਾ ਛੱਡ ਯਾਰ ਤੁਹਾਡਾ ਘਰ ਤਾਂ ਕੁਛ ਨਹੀਂ, ਸਾਡੇ ਘਰ ਤਾਂ ਇੱਕ ਕਮਰੇ 'ਚੋਂ ਦੂਜੇ ਕਮਰੇ ਜਾਣ ਲਈ ਜਹਾਜ਼ ਚਾਹੀਦਾ ਆ। ਹਾਂਜੀ ਸਾਡੇ ਵੀ ਰੋੜ ਕੇ ਜਾਣਾ ਪੈਂਦਾ ਜੀ, ਸਾਡੇ ਕਮਰੇ ਬਹੁਤ ਛੋਟੇ ਆ, ਛੋਟੇ ਨੇ ਵੀ ਜਾਂਦੇ ਤਾਂ ਬੰਦਾ ਰੋੜ ਕੇ ਜਾਣਾ ਪੈਂਦਾ ਜੀ। ਰੋੜ ਕੇ? ਹਾਂਜੀ ਰੋੜ ਕੇ ਜਾਣਾ ਪੈਂਦਾ, ਸਾਡੇ ਕਮਰੇ ਬਹੁਤ ਛੋਟੇ ਆ ਜੀ। ਤੁਸੀਂ ਤੁਸੀਂ ਬਾਲੀਆਂ ਗੱਪਾਂ ਸੁਣਾਤੀਆਂ ਮੈਨੂੰ, ਆਪਣੀਆਂ ਹੀ ਸੁਣਾਈਆਂ ਕਿ ਹੋਰ ਦੀਆਂ ਸੁਣਾਈਆਂ? ਇਹ ਨਹੀਂ ਨਹੀਂ ਜੀ, ਹੋਰ ਦੀਆਂ ਲਾ ਲਓ, ਆਪਣੀਆਂ ਲਾ ਲਓ, ਸਾਡੇ ਕਮਰੇ ਜ਼ਿਆਦਾ ਛੋਟੇ ਆ, ਰੋੜ ਕੇ ਜਾਣਾ ਪੈਂਦਾ। ਨਹੀਂ ਨਹੀਂ ਤੇ ਘਰ ਦੇ ਕੁਛ ਕਹਿੰਦੇ ਨੀ, ਕਈ ਵਾਰ ਘਰ ਦੇ ਦੁਖੀ ਹੋ ਜਾਂਦੇ ਨੇ ਨਾ, ਉਹ ਕਹਿ ਦਿੰਦੇ ਨੇ ਛੱਡ ਯਾਰ ਇੰਨੀਆਂ ਗੱਪਾਂ ਨਾ ਮਾਰਿਆ ਕਰ। ਘਰ ਦੇ ਦੁਖੀ ਹੋ ਜਾਂਦੇ ਆ, ਘਰ ਦੇ ਇੰਨੀ ਗੱਪ ਵੀ ਨਾ ਮਾਰੇ, ਘਰ ਰੱਬ ਥੱਲੇ ਲਾਹਨੇ ਆ, ਅਸੀਂ ਸੋਚਦੇ ਜੀ ਮੰਗਲ ਗ੍ਰਹਿ ਤੱਕ ਜਾਣ ਦੀ, ਤਾਂ ਕਰਕੇ ਰੱਬ ਤੋਂ ਚਾਹਾਂਗੇ ਕਦੇ ਮੰਗਲ ਗ੍ਰਹਿ ਤੇ ਪਹੁੰਚਾਂਗੇ। ਰੱਬ ਥੱਲੇ ਲਾ ਦਿੰਦੇ ਹੈ, ਰੱਬ ਵੀ ਆ ਕੇ ਕਹਿ ਦਿੰਦਾ ਭਰਾ ਬਸ ਆ ਵੇਖੀ ਜੋੜੇ ਹੱਥ ਬਸ ਕਰ। ਹਾਂਜੀ ਹੁਣ ਮੰਗਲ ਗ੍ਰਹਿ ਬਾਰੇ ਸੋਚਦੇ ਆ ਜੀ, ਉੱਥੇ ਪਲਾਟ ਪਲੂਟ ਲੈਣਾ ਆ। ਅੱਛਾ ਪਲਾਟ ਰਜਿਸਟਰੀ ਮੰਗਲ ਗ੍ਰਹਿ ਤੇ ਜਾ ਕੇ ਕਰਾਣੀ ਹੁਣ ਰਜਿਸਟਰੀ? ਹਾਂਜੀ ਉੱਥੇ ਜਾਣਾ, ਉੱਥੇ ਦੇਖਣਾ, ਖੋਜ ਕਰਦੀ ਆ ਕੀ ਹੈ ਨਾ। ਹਾਂਜੀ ਉਹ ਤੇ ਜਾ ਕੇ ਵੀ ਗੱਪਾਂ ਹੀ ਮਾਰ ਰਹੀ ਹੈ, ਉਮਰ ਦੀ ਗੱਪਾਂ ਹੀ ਅੱਜ ਮੈਂ ਪਹਿਲਾਂ ਭਾਜੀ ਤੋਂ ਮੈਂ ਵਿਸ਼ਾ ਕਿਹਾ ਗੱਪਾਂ ਦਾ, ਚਲੋ ਅਸੀਂ ਚਾਰ ਵੱਧ ਮਾਰਨੇ, ਕੱਲ ਕੋਲ ਟਰਾਈ ਕੀਤਾ ਹੀ ਨਾ ਤੁਹਾਡਾ ਫੋਨ, ਕੱਲ ਦਾ ਫੋਨ ਹੀ ਕਿੱਥਣਾ। ਅੱਛਾ ਤੁਸੀਂ ਰੋਜ਼ ਟਰਾਈ ਕਰਿਆ ਕਰੋ, ਕੋਈ ਗੱਲ ਨਹੀਂ ਜੀ, ਆਪਣਾ ਨੰਬਰ ਤਾਂ ਚੱਲਦਾ ਹੀ ਰਹਿੰਦਾ, ਉਹ ਹੁੰਦਾ ਕਈ ਵਾਰ ਨਾ ਕੋਈ ਹੋਰ ਕਾਲ ਲਾ ਰਿਹਾ ਹੁੰਦਾ, ਹੈ ਨਾ? ਸਾਨੂੰ ਵੀ ਤੁਹਾਡੀਆਂ ਗੱਪਾਂ ਸੁਣ ਕੇ ਜੀ ਬਹੁਤ ਮਜ਼ਾ ਆਇਆ ਜੀ, ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ, ਹੁਣ ਸਮਾਂ ਹੋ ਗਿਆ ਜੀ ਇੱਕ ਨਿੱਕੀ ਜੀ ਬ੍ਰੇਕ ਲੈਣ ਦਾ। ਓਕੇ ਜੀ ਮਿਲਦੇ ਆ ਜੀ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਜੀ। ਗੱਲਾਂ ਚੱਲ ਰਹੀਆਂ ਸੀਗੀ, ਗੱਲਾਂ ਨਹੀਂ ਜੀ ਗੱਪਾਂ ਚੱਲ ਰਹੀਆਂ ਸੀਗੀਆਂ ਅੱਜ। ਅੱਜ ਤਾਂ ਆਪਾਂ ਉੱਚੀ ਉੱਚੀ ਆਵਾਜ਼ ਗੱਲਾਂ ਕੀਤੀਆਂ, ਕਿੰਨੀਆਂ ਹੀ ਤੁਹਾਡੇ ਕਾਲਰਸ ਨੇ ਸਾਨੂੰ ਫੋਨ ਕੀਤਾ, ਕਿੰਨੇ ਬੜੇ ਕਾਲਰਸ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਮੈਂ ਤਾਂ ਬਾਹਲੀਆਂ ਗੱਪਾਂ ਮਾਰ ਲੈਂਦਾ, ਉਹਨਾਂ ਨੇ ਮੇਰੀਆਂ ਗੱਪਾਂ ਵੀ ਸੁਣੀਆਂ। ਕਹਿੰਦੇ ਕੋਈ ਗੱਲ ਨਹੀਂ ਜੀ ਗੱਪਾਂ ਮਾਰ, ਪੰਜਾਬੀ ਨਹੀਂ ਗੱਪਾਂ ਮਾਰਨਗੇ ਤਾਂ ਹੋਰ ਕੌਣ ਮਾਰੂਗਾ, ਹੈ ਕਿ ਨਹੀਂ। ਅਤੇ ਇੰਨੇ ਬੜੇ ਫੋਨ ਕਾਲਸ ਵਿੱਚ ਆਪਾਂ ਇਹ ਵੇਖਿਆ ਵੀ ਇਕੱਲੀ ਮੇਰੀ ਆਦਤ ਨਹੀਂ ਹੈਗੀ, ਇਹ ਸਾਰਿਆਂ ਦੀ ਆਦਤ ਹੁੰਦੀ ਹੈ ਗੱਪਾਂ ਮਾਰਨ ਦੀ। ਅਤੇ ਤੁਸੀਂ ਮੈਨੂੰ ਕਹੀ ਜਾਂਦੇ ਮੈਂ ਨਾ ਇੱਥੇ ਜਿਹੜੇ ਚੈਨਲ 'ਚ ਗੱਪਾਂ ਮਾਰਦੀ ਨਾ ਅਤੇ ਪਿੱਛੋਂ ਨਾ ਇਸ਼ਾਰਾ ਕਰੀ ਜਾਣਗੇ ਕਿ ਹਾਂ ਲਪੇਟੀ ਜਾਓ, ਇਹਨੇ ਤਾਂ ਗੱਪਾਂ ਮਾਰਨੀਆਂ ਹੀ ਨੇ। ਬੰਦਾ ਪੁੱਛੇ ਮੈਂ ਇਕੱਲੀ ਇਕੱਲੀ ਹੈਗੀ ਹਾਂ, ਹੈ ਨਹੀਂ ਨਾ, ਸਾਰੇ ਲੋਕ ਮਾਰਦੇ ਨੇ। ਆ ਵੇਖੋ ਹੁਣ ਪੰਜਾਬ 'ਚੋਂ ਜਾ ਕੇ ਬਾਹਰ ਜਾ ਕੇ ਗੱਪਾਂ ਮਾਰਦੇ ਨੇ। ਤੁਸੀਂ ਆਪਣੀਆਂ ਗੱਪਾਂ ਮੈਨੂੰ ਸੁਣਾਉਣੀਆਂ ਹੈ, ਇਹ ਨਹੀਂ ਵੀ ਗੱਲਾਂ ਗੱਲੀਆਂ ਉੱਥੇ ਕਰੀ ਜਾਣੀਆਂ ਨੇ, ਮੈਨੂੰ ਵੀ ਸੁਣਾਉਣੀਆਂ ਨੇ, ਠੀਕ ਹੈ ਕਿ ਨਹੀਂ? ਹੈਲੋ, ਨਹੀਂ ਸੁਣਾਉਣੀਆਂ ਨਾ, ਸੀ ਮੈਂ ਹੀ ਸੁਣਾਈ ਜਾਵਾਂਗੀ। ਗੁਲਾਬੋ ਨੂੰ ਫੋਨ ਕਰਨਾ ਕਿ ਮੈਨੂੰ ਕਰਨਾ ਆ, ਹੱਦ ਹੋ ਗਈ ਤੁਹਾਡੀ। ਚਲੋ ਕੋਈ ਨਾ ਜੀ, ਮੈਂ ਉਨੀ ਦੇਰ ਤੱਕ ਆਪਣੀ ਗੱਪਾਂ ਸੁਣਾਉਣੀ ਆ। ਅੱਛਾ, ਤੁਹਾਨੂੰ ਸੁਣਾ ਰਹੀ ਸੀਗੀ, ਜਦੋਂ ਮੈਂ ਚੈਨਲ 'ਚ ਹੁੰਦੀ ਹਾਂ ਨਾ, ਚੈਨਲ 'ਚ ਮੈਂ ਵੱਡੀਆਂ ਵੱਡੀਆਂ ਗੱਲਾਂ ਸੁਣਾਈ ਜਾਵਾਂਗੀ। ਕਈ ਵਾਰ ਹੁੰਦਾ ਘੜੀ ਆਪਾਂ ਲਿੱਤੀ ਹੁੰਦੀ ਹੈ ਚੋਰ ਬਾਜ਼ਾਰ 'ਚੋਂ ਘੜੀ ਲੈ ਕੇ ਨਾ, ਅਤੇ ਆਪਾਂ ਵੇਖਦੇ ਹਾਂ, ਮੈਂ ਸੋਚਦੀ ਵੀ ਜਦੋਂ ਚੈਨਲ 'ਚ ਆਈ ਹਾਂ ਸਾਰਿਆਂ ਨੇ ਵੱਡੇ ਵੱਡੇ ਬ੍ਰਾਂਡ ਪਾਏ ਹੁੰਦੇ ਆ ਅਤੇ ਮੈਂ ਵੀ ਆ ਕੇ ਫੁਕਰੇ ਮਾਰਨ ਲੱਗ ਪੈਂਦੀ ਹਾਂ, ਮੈਂ ਨਾ ਬਾਹਰੋਂ ਲੈ ਕੇ ਆਈ ਹਾਂ, ਜਦਕਿ ਮੇਰਾ ਤਾਂ ਬਾਹਰ ਕੋਈ ਗਿਆ ਹੀ ਨਹੀਂ ਹੋਇਆ। ਅੱਛਾ, ਮੈਂ ਇੱਥੇ ਵੇਖਿਆ ਸਾਰਿਆਂ ਨੇ ਮੈਨੂੰ ਕੋਈ ਕਹੀ ਜਾਏਗਾ, ਮੇਰਾ ਰਿਸ਼ਤੇਦਾਰ ਅਮੈਰੀਕਾ ਗਿਆ, ਮੇਰਾ ਰਿਸ਼ਤੇਦਾਰ ਕੈਨੇਡਾ ਗਿਆ, ਮੇਰਾ ਰਿਸ਼ਤੇਦਾਰ ਵਾਕਈ ਨਹੀਂ ਕੋਈ ਬਾਹਰ ਗਿਆ, ਮੈਨੂੰ ਤਾਂ ਨਾਮ ਹੀ ਨਹੀਂ ਪਤਾ ਹੁੰਦੇ ਕਿਹੜੀ ਕੰਟਰੀ ਹੈਗੀ ਆ ਬਾਹਰਲੀ। ਹੈਲੋ ਹੈਲੋ, ਹਾਂਜੀ ਕੌਣ ਜੀ? ਮੈਂ ਫਤਿਹ ਸਿੰਘ ਬੋਲਦਾ ਜੀ। ਫਤਿਹ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਮੈਂ ਕੈਲੀਫੋਰਨੀਆ ਤੋਂ ਬੋਲਦਾ ਜੀ। ਕੈਲੀਫੋਰਨੀਆ ਤੋਂ, ਅੱਛਾ ਜੀ, ਗੱਪ ਸੁਣਾਣੀ ਕੋਈ? ਗੱਪ ਤਾਂ ਜੀ ਇੱਦਾਂ ਹੈਗੀ, ਇੱਕ ਨਾ ਸਾਡਾ ਯਾਰ ਦੋਸਤ ਹੈਗਾ, ਕਰਤਾਰ ਹੈਗਾ ਉਹਦਾ ਨਾ। ਅੱਛਾ, ਤੇ ਉਹ ਬਸ ਕੋਈ ਵੀ ਗੱਲ ਕਰੇ ਉਹਦੀ ਗੱਲ ਕੱਟ ਕੇ ਫਿਰ ਆਪਣੀ ਗੱਲ ਸੁਣਾਣੀ। ਜਿੱਦਾਂ ਆਪਾਂ ਕਹੋਗੇ ਯਾਰ ਸਾਡਾ ਜਿਹੜਾ ਦਾਦਾ ਸੀਗਾ ਨਾ, ਉਹ ਬੜਾ ਬੜਾ ਸਹੀ ਬੰਦਾ ਸੀਗਾ, ਮਤਲਬ ਬੜੀ ਜਾਨਦਾਰ ਬੰਦਾ, ਮਤਲਬ ਹਿੰਮਤ ਬਹੁਤ ਸੀਗੀ ਉਸ 'ਚ। ਤੁਹਾਡਾ ਦਾਦਾ ਕੀ? ਮੇਰਾ ਦਾਦਾ ਹਾਥੀ ਤਾਂ ਹੱਥ ਨਾਲ ਰੋਕ ਲੈਂਦਾ ਸੀਗਾ, ਭੱਜਦਾ ਹਾਥੀ, ਮੇਰੇ ਦਾਦੇ ਦੀ ਗੱਲ ਸੁਣਾਉਣਾ ਤੈਨੂੰ। ਉਹਨੇ ਕਹਿਣਾ ਨਾ ਮੇਰੇ ਦਾਦੇ ਨੇ ਇੱਕ ਕਤਲ ਕੀਤਾ, ਉਹ ਛੱਡ ਯਾਰ, ਮੇਰੇ ਦਾਦੇ ਨੇ ਕਿਤੇ ਇੱਕ ਕਤਲ ਕੀਤਾ, ਉਹਨੇ ਤਾਂ 10 ਕਤਲ ਕੀਤੇ ਨੇ। ਮਤਲਬ ਇਹ ਨਹੀਂ ਵੇਖਣਾ ਗੱਲ ਕਿਹੜੀ ਹੈ, ਹੈ ਕਿ ਨਹੀਂ? ਬਿਲਕੁਲ 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 ਏਦਾਂ ਦਾ ਬੰਦਾ, ਬਿਲਕੁਲ ਸੇਮ ਕੋਈ ਵੀ ਗੱਲ ਹੋਵੇ ਆਪਣੀ ਗੱਲ ਉਸ ਤੋਂ 4 ਗੁਣਾ ਵਧਾ ਕੇ ਉਹਨੇ ਦੱਸਣੀ ਹੈ। ਨਹੀਂ ਇਹ ਆਦਤ ਹੁੰਦੀ ਹੈ ਕਿ ਜਾਣ ਕੇ ਕਰਦਾ ਕੋਈ? ਹੁਣ ਚੁੱਪ ਕਰਕੇ ਸੁਣੀ ਜਾਈਦਾ, ਬਈ ਬੰਦਾ ਗੱਲ ਮਕਾਏਗਾ ਤਾਂ ਵੇਖ ਲਾਂਗੇ, ਕੋਈ ਗੱਲ ਨਹੀਂ। ਬਿਲਕੁਲ ਬਿਲਕੁਲ, ਨਹੀਂ ਕਈ ਵਾਰ ਹੁੰਦਾ ਨਾ ਆਪਾਂ ਪਿੱਛੋਂ ਇਸ਼ਾਰੇ ਕਰਦੇ ਹਾਂ, ਇਹਦੀ ਗੱਪਾਂ ਸੁਣੋ ਤੁਸੀਂ, ਹੈ ਨਾ, ਪਿੱਛੇ ਇੱਕ ਦੂਜੇ ਨੂੰ ਇਸ਼ਾਰੇ ਕਰਦੇ, ਹੁਣ ਇਹਨੇ ਗੱਲਾਂ ਕਰੀ ਜਾਣੀਆਂ ਲਪੇਟੀ ਜਾਈਓ। ਨਹੀਂ ਹੁਣ ਆਪਾਂ ਜਿਹੜੇ 3-4 ਯਾਰ ਦੋਸਤ ਇਕੱਠੇ ਹੋ ਜਾਂਦੇ ਤੇ ਪਤਾ ਚੱਲ ਹੀ ਜਾਂਦਾ ਹੈ ਕਿ ਹਾਂ ਬਈ ਇਹ ਸੁਣਾ ਸਟਾਰਟ ਹੋ ਗਿਆ, ਹੁਣ ਚੱਲੀ ਜਾਂਦੇ ਫਿਰ ਇੱਕ ਦੂਜੇ ਨੂੰ ਇਸ਼ਾਰੇ ਕਰਦੇ, ਉਹ ਵੇਖ ਇਹਨੇ ਹੁਣ ਗੱਪ ਸੁਣਾਣੀ ਹੋ ਨਾ, ਇੱਕ ਵਾਰੀ ਚਾਲੂ ਕਰ ਦੋ ਫਿਰ ਤਾਂ ਉਹਨੇ ਹੀ ਬੋਲੀ ਜਾਣਾ, ਲੋਕੀ ਸੁਣੀ ਜਾਂਦੇ ਨੇ। ਅੱਛਾ ਫਿਰ ਬਾਕੀ ਸੁਣੀ ਜਾਂਦੇ ਨੇ ਵੀ, ਚਲੋ ਸੁਣਾ ਲਓ ਤੁਸੀਂ, ਸੁਣਾ ਲਓ ਪਹਿਲਾਂ ਆਪਣੇ ਬਾਬਾ ਜੀ ਦੀਆਂ ਦਾਦਾ ਜੀ ਦੀਆਂ ਗੱਲਾਂ ਸੁਣਾ ਲਓ ਪਹਿਲਾਂ ਤੁਸੀਂ, ਹੈ ਨਾ। ਨਹੀਂ ਕੋਈ ਵੀ ਕੋਈ ਗੱਲ ਥੋੜੀ ਜਿਹੀ ਕਰਕੇ ਛੱਡ ਦੋ ਤੁਸੀਂ, ਫਿਰ ਉਹਨੇ ਆਪਣੇ ਆਪ ਸੰਭਾਲ ਲੈਣੀ ਸਾਰੀ ਗੱਲ। ਨਹੀਂ ਤੇ ਤੁਸੀਂ ਵੀ ਕਰ ਦੋ ਏਦਾਂ ਦੀ ਕੋਈ ਗੱਲ, ਐ ਨਾ ਹੋਏ ਗੱਪਾਂ ਤੁਸੀਂ ਮਾਰਦੇ ਹੋ, ਨਾ ਵਿਚਾਰੇ ਕਰਤਾਰ ਦਾ ਲਾਤਾ, ਐ ਤੇ ਨਹੀਂ ਗੱਲ ਹੈਗੀ? ਨਹੀਂ 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 ਨਹੀਂ, ਬਾਹਰ ਬੂਹੇ 'ਚ ਦੇਖੋ ਕਰਤਾਰ ਆਇਆ ਹੋਣਾ, ਕਹਿ ਰਿਹਾ ਹੋਣਾ ਭਰਾ ਮੈਂ ਕਦੋਂ ਕੀਤੀ ਏਦਾਂ ਦੀ ਗੱਲ ਨਾ, ਕਿਤੇ ਕਿਤੇ ਉਹ ਟੀਵੀ ਨਾ ਦੇਖ ਰਿਹਾ ਹੁਣ, ਦੇਖ ਰਿਹਾ ਹੋਊਗਾ, ਮੈਨੂੰ ਨਹੀਂ ਮਿਲਣਾ ਹੈਗਾ, ਮੈਨੂੰ ਲੱਗਦਾ ਉਹਨਾਂ ਦਾ ਹੀ ਫੋਨ ਆ ਗਿਆ ਹੁਣ। ਅੱਛਾ ਵੇਖ ਲਓ, ਹੁਣੀ ਕਰਤਾਰ ਦਾ ਫੋਨ ਆ ਗਿਆ, ਮੈਂ ਹੁਣੀ ਉਹਨੇ ਦੇਖੀ ਸੁਣੀ, ਹੁਣੀ ਉਹਦੇ ਨਾਲ ਗੱਲ ਕਰਨ ਲੱਗੀ ਮੈਂ। ਹੈਲੋ, ਠੀਕ ਠੀਕ ਆ, ਹੈਲੋ ਹੈਲੋ, ਕਾਲ ਪੈ ਛੋੜ ਲੈ। ਹੈਲੋ 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 ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ, ਸਾਡੇ ਗਾਦੀ ਕੌਣ ਬੋਲਦੇ? ਮਾਂ ਹੜੇ ਵੀ, ਹਾਂਜੀ ਹੜੇ ਵੀ ਤੇ ਬੋਲਨੇ ਦੀ, ਕਿੱਥੋਂ ਬੋਲ ਰਹੇ ਹੋ? ਮਾਂ ਨੂੰ ਡਾਕ ਤੋਂ ਬੋਲਦੇ ਵੀ, ਨੂੰ ਡਾਕ, ਨੂੰ ਡਾਕ, ਨੂੰ ਡਾਕਟਰ, ਉਹ ਕਿਹੜਾ ਨੂੰ ਡਾਕ? ਬੰਦ ਬੰਦ, ਹਾਂਜੀ
ਮਾਨਾ ਕੁੜੀਆਂ ਬੜੇ ਗੱਪਾਂ ਮਾਰਦੇ ਆ। ਅੱਛਾ ਤੁਸੀਂ ਵੀ ਗੱਪਾਂ ਮਾਰਦੇ ਹੋ? ਨਹੀਂ ਨਹੀਂ ਕੁੜੀਆਂ ਡੈਡੀ ਗੱਪਾਂ ਮਾਰਦੇ ਆ। ਅੱਛਾ ਹਾਂਜੀ ਹਾਂਜੀ। ਐਕਚੁਅਲੀ ਨਾ ਸਾਨੂੰ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ, ਤੁਸੀਂ ਫਿਰ ਤੋਂ ਕਾਲ ਲਾ ਲਓ, ਮੈਨੂੰ ਸਮਝ ਨਹੀਂ ਲੱਗ ਰਹੀ। ਠੀਕ ਹੈ, ਅਗਲਾ ਕਾਲਰ ਸਾਡੇ ਨਾਲ ਜੁੜਿਆ ਹੋਇਆ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਦਵਿੰਦਰ ਬੋਲ ਰਹੀ ਹਾਂ ਕਨੈਕਟੀਕਟ ਤੋਂ ਜੀ। ਕੀ ਹਾਲ ਚਾਲ ਹੈ? ਬਹੁਤ ਸੋਹਣਾ ਟੌਪਿਕ ਲੈ ਕੇ ਆਏ ਹਾਂ, ਹੈ ਨਾ, ਪੰਜਾਬੀਆਂ ਦੇ ਮਤਲਬ ਦਾ ਗੱਪਾਂ। ਬਿਲਕੁਲ ਬਿਲਕੁਲ, ਰਾਈਟ ਰਾਈਟ, ਹਾਂਜੀ। ਤੇ ਅੱਜ ਸਾਰਿਆਂ ਨੇ ਮੈਨੂੰ ਆਪਣੀਆਂ ਗੱਪਾਂ ਸੁਣਾਈਆਂ, ਮੈਂ ਵੀ ਸਾਰਿਆਂ ਨੂੰ ਆਪਣੀਆਂ ਗੱਪਾਂ ਸੁਣਾਈਆਂ, ਹੁਣ ਤੁਹਾਡੀ ਵਾਰੀ ਆ। ਮੈਂ ਗੱਪਾਂ ਦਾ ਘੱਟ ਮਾਰਦੀ ਹਾਂ ਵੈਸੇ, ਮੈਂ ਗੱਲ ਸਹੀ ਕਰਦੀ, ਮੈਂ ਹੋਰਾਂ ਦੀਆਂ ਗੱਲਾਂ ਦਾ ਤੁਹਾਨੂੰ ਸੁਣਾਉਂਦੀ ਹਾਂ। ਕਈ ਵਾਰੀ ਨਾ ਜਿੱਦਾਂ ਸਾਡੇ ਇੱਥੇ ਕੋਈ ਫਰੈਂਡ ਆਏ ਤੇ ਉਹ ਪਹਿਲਾਂ ਤਾਂ ਸਾਨੂੰ ਕਹਿੰਦੇ ਸੀ ਜਿੱਦਾਂ ਇੰਡੀਆ ਤੋਂ ਵੀ ਅਸੀਂ ਉੱਥੇ ਆਉਣਾ ਆ, ਅਸੀਂ ਦੇਖਣਾ ਹੈ ਕਿੱਦਾਂ ਆ। ਅੱਛਾ ਉਹ ਆਏ ਤਾਂ ਉਹਨਾਂ ਨੂੰ ਨਾ ਆ ਕੇ ਦੇਖਿਆ ਤੇ ਇੱਥੇ ਉਹਨਾਂ ਨੂੰ ਜ਼ਿਆਦਾ ਚੰਗਾ ਨਹੀਂ ਲੱਗਿਆ, ਵੀ ਉਹ ਕਹਿੰਦੇ ਵੀ ਇੱਥੇ ਦਾ ਜਿਹੜਾ ਕੰਮ ਵੀ ਕਾਫੀ ਕਰਨਾ ਪੈਂਦਾ ਆ ਤੇ ਇੱਦਾਂ ਕਰਕੇ ਨਾ। ਫਿਰ ਮੈਂ ਕਿਹਾ ਉਹ ਤਾਂ ਹੈ, ਮੈਂ ਕਿਹਾ ਇੱਥੇ ਵਰਕ ਹਾਰਡ ਮੈਂ ਕਿਹਾ ਬਹੁਤ ਜ਼ਿਆਦਾ ਕਰਨਾ ਪੈਂਦਾ, ਮੈਂ ਕਿਹਾ ਆਸਾਨ ਨਹੀਂ ਹੁੰਦਾ, ਮੈਂ ਕਿਹਾ ਪੈਸੇ ਕਮਾਉਣੇ ਸੌਖੇ ਨਹੀਂ ਹੁੰਦੇ। ਤੇ ਨਹੀਂ ਨਹੀਂ ਕਹਿੰਦੇ ਨਹੀਂ, ਉਹ ਤਾਂ ਸਾਨੂੰ ਤਾਂ ਇੱਦਾਂ ਸੀਗਾ ਵੀ ਚਲੋ ਅਸੀਂ ਉੱਥੇ ਜਾਵਾਂਗੇ, ਕੰਮ ਕੁੰਮ ਕਰਾਂਗੇ, ਚੰਗੇ ਪੈਸੇ ਕਮਾਵਾਂਗੇ, ਤਾਂ ਫਿਰ ਆਪਣਾ ਮੌਜ ਕਰਾਂਗੇ। ਤੇ ਫਿਰ ਮੈਂ ਕਿਹਾ ਕੋਈ ਨਹੀਂ ਹੁਣ ਕੰਮ ਕਰੋ। ਕਹਿੰਦੇ ਅਸੀਂ ਤਾਂ ਐਵੇਂ ਇੱਥੇ ਆ ਕੇ ਫਸ ਗਏ, ਅਸੀਂ ਸਾਡੇ ਤਾਂ ਉੱਥੇ ਨੌਕਰ ਸੀ, ਸਾਡੇ ਉੱਥੇ ਇੰਨਾ ਸੀ, ਇੰਨਾ ਪੈਸਾ ਹੁੰਦਾ ਸੀ, ਇੰਨੇ ਵੱਡੇ ਵੱਡੇ ਕੋਠੀਆਂ ਹੈਗੀਆਂ। ਮੈਂ ਕਿਹਾ ਜੇ ਕੋਠੀਆਂ ਗਏ ਤਾਂ ਇੱਥੇ ਕਾਹਦੇ ਵਾਸਤੇ ਆਏ ਹੋ? ਗੱਪਾਂ ਮੈਂ ਕਿਹਾ ਇੱਦਾਂ ਦੀਆਂ ਥੋੜੀਆਂ ਕਿਸੇ ਹੋਰ ਨੂੰ ਮਾਰ ਕੇ ਦੱਸਿਓ ਜਿਹਨਾਂ ਨੂੰ ਨਾ ਪਤਾ ਹੋਵੇ ਤੁਹਾਡੇ ਪਿਛੋਕੜ ਦਾ, ਰਾਈਟ? ਮੈਂ ਕਿਹਾ ਇੱਦਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਮੈਂ ਕਿਹਾ ਤੁਸੀਂ ਇਹ ਦੇਖੋ, ਤੁਸੀਂ ਪਿੱਛੋਂ ਸਾਨੂੰ ਸਾਰਾ ਕੁਛ ਪਤਾ ਹੈ ਤੁਹਾਡਾ, ਤੇ ਹੁਣ ਇੱਥੇ ਆ ਤੁਸੀਂ ਇੱਦਾਂ ਕਹਿੰਦੇ ਵੀ ਸਾਡੇ ਨੌਕਰ ਲੱਗੇ ਸੀ। ਮੈਂ ਕਿਹਾ ਅਸੀਂ ਤਾਂ ਇੱਦਾਂ ਦੀਆਂ ਗੱਪਾਂ ਨਹੀਂ ਮਾਰਦੇ। ਮੈਂ ਕਿਹਾ ਅਸੀਂ ਸਿੱਧੇ ਸਾਡੇ ਘਰ ਚੋਂ ਆਏ। ਮੈਂ ਕਿਹਾ ਨਾ, ਸਾਡੇ ਘਰ ਨੌਕਰ ਲੱਗੇ ਸੀ, ਅਸੀਂ ਸਾਰੀ ਉਮਰ ਕੰਮ ਆਪਣੇ ਆਪ ਹੀ ਕੀਤਾ ਆ, ਸੱਚੀ ਜਿਹੜੀ ਗੱਲ ਆ। ਮੈਂ ਕਿਹਾ ਮੈਨੂੰ ਝੂਠ ਬੋਲਣ ਦੀ ਲੋੜ ਨਹੀਂ ਹੈ, ਮੈਂ ਕਿਹਾ ਮੈਂ ਸੱਚੀ ਗੱਲ ਜਿਹੜੀ ਕਹਿੰਦੀ ਹਾਂ। ਨਹੀਂ, ਮੈਂ ਇਹ ਸੋਚ ਰਹੀ ਹਾਂ ਵੀ ਜਦੋਂ ਤੁਹਾਨੂੰ ਇੱਦਾਂ ਦੀ ਗੱਲ ਸੁਣਾ ਰਹੇ ਹੋਣੇ, ਤੁਸੀਂ ਹੈ ਨਾ ਕਿੱਦਾਂ ਰਿਐਕਟ ਕੀਤਾ ਹੋਣਾ? ਮੈਨੂੰ ਲੱਗਦਾ ਤੁਸੀਂ ਪੈ ਗਏ ਹੋਣੇ, ਨਹੀਂ ਕਿਹੜੇ ਨੌਕਰ ਨੇ ਤੁਹਾਡੇ ਘਰ, ਮੈਨੂੰ ਦੱਸੋ ਹੈ ਉਧਰ। ਨਹੀਂ, ਮੈਂ ਕਿਹਾ ਮੈਂ ਉਹਨਾਂ ਨੂੰ ਇੱਡੀ ਸਿੱਧਾ ਹੀ ਕਿਹਾ ਨਾ, ਮੈਂ ਕਿਹਾ ਤੁਸੀਂ ਕਿਹੜੇ ਨੌਕਰਾਂ ਦੀ ਗੱਲ ਕਰਦੇ ਆ? ਮੈਂ ਕਿਹਾ ਜਦੋਂ ਤੁਸੀਂ ਰਹਿੰਦੇ ਸੀ ਤੁਹਾਨੂੰ ਪਤਾ ਸੀ ਕੀ ਹਾਲਤ ਸੀਗੀ, ਰਾਈਟ? ਬਿਲਕੁਲ ਸਹੀ ਗੱਲ ਹੈ, ਇੱਕਦਮ ਬੰਦਾ ਚੁੱਪ ਜਿਹਾ ਕਰ ਗਿਆ ਨਾ, ਜਿੱਦਾਂ ਉਹਨਾਂ ਨੂੰ ਕਿਹਾ ਕਿ ਮੇਰੀ ਬੇਇੱਜ਼ਤੀ ਹੋ ਗਈ। ਵਾਕਈ ਸਹੀ ਗੱਲ ਹੈ, ਗੱਪ ਸੋਚ ਕੇ ਮਾਰਨੀ ਚਾਹੀਦੀ। ਹੁਣ ਸਾਹਮਣੇ ਬੰਦੇ ਨੂੰ ਜੋ ਤੁਹਾਡੀ ਸਾਰੀ ਗੱਲਾਂ ਪਤਾ ਆ ਵੀ ਤੁਸੀਂ ਹੈ ਨਾ ਕਿੰਨੇ ਕੁ ਪਾਣੀ 'ਚੋਂ, ਫਿਰ ਤੁਸੀਂ ਉੱਚੀ ਉੱਚੀ ਗੱਪਾਂ ਮਾਰੀ ਜਾਓਗੇ ਤਾਂ ਕੀ ਫਾਇਦਾ ਆ, ਬੇਇੱਜ਼ਤੀ ਹੋਣੀ ਆ ਫਿਰ। ਤੇ ਇੱਥੇ ਇੱਕ ਹੋਰ ਵੀ ਮੇਰੀ ਇੱਕ ਫਰੈਂਡ ਹੈਗੀ ਸੀ ਜਿੱਦਾਂ ਕਾਫੀ ਸਾਲਾਂ ਤੋਂ ਮੈਨੂੰ ਜਾਣਦੀ ਸੀਗੀ। ਅੱਛਾ, ਤੇ ਉਹਨੇ ਨਾ ਜਦੋਂ ਕਈ ਵਾਰੀ ਬਾਜ਼ਾਰ ਜਾਣਾ ਮੇਰੇ ਨਾਲ ਸ਼ੋਪਿੰਗ ਕਰਨ ਜਾਂਦੀ ਹੁੰਦੀ ਸੀ, ਉਹਨੇ ਹਰ ਇੱਕ ਚੀਜ਼ ਨਾ ਜਿੱਦਾਂ ਦੇਖ ਦੇਖ ਕੇ ਲੈਣੀ, ਜਿੱਥੋਂ ਸਸਤੀ ਆ ਉਹਨੇ ਮੈਨੂੰ ਕਹਿਣਾ ਦਵਿੰਦਰ ਉੱਥੇ ਚੀਜ਼ ਸਸਤੀ ਹੋ ਗਈ, ਮੈਨੂੰ ਵੀ ਮੇਰੇ ਵਾਸਤੇ ਵੀ ਲੈ ਲਈ। ਮੈਂ ਕਿਹਾ ਚੱਲ ਠੀਕ ਆ। ਹੁਣ ਉਹਨਾਂ ਦੇ ਕੋਲ ਥੋੜ੍ਹਾ ਜਿਹਾ ਪੈਸਾ ਆ ਗਿਆ, ਪੈਸੇ ਆ ਕੇ ਆ ਗਿਆ ਕਰਕੇ ਉਹਨਾਂ ਨੂੰ ਥੋੜ੍ਹਾ ਹੋ ਗਿਆ ਵੀ ਪ੍ਰਾਊਡ ਹੋ ਗਿਆ, ਹੁਣ ਕੋਈ ਵੀ ਚੀਜ਼ ਲੈਣੀ। ਕਹਿੰਦੇ ਆਈ ਡੋਂਟ ਕੇਅਰ, ਮੈਂ ਤਾਂ ਮੇਰੇ ਕੋਲ ਪੈਸੇ ਦੀ ਮੈਨੂੰ ਕੋਈ ਵੈਲਿਊ ਨਹੀਂ ਹੈਗੀ, ਮੇਰੇ ਕੋਲ ਹੈਗਾ ਮੈਂ ਜੋ ਮਰਜ਼ੀ ਲੈ ਸਕਦੀ ਹਾਂ, ਮੈਨੂੰ ਪਰਵਾਹ ਨਹੀਂ ਹੈਗੀ। ਮੈਂ ਕਿਹਾ ਉਹੀ ਪੈਸਾ ਸੀ ਜਿਹੜੀ ਸੇਲਾਂ ਦੇ ਚੀਜ਼ਾਂ ਲੈਂਦੀ ਸੀ, ਮੈਂ ਕਹਿ ਦਿੱਤਾ ਉਹਨੂੰ ਵੀ ਉਹੀ ਸੀਜ਼ਨ ਸੀ, ਹਾਂ ਮੈਂ ਕਹਿ ਦਿੱਤਾ, ਮੈਂ ਡਰਦੀ ਨਹੀਂ ਹੁੰਦੀ, ਜਿਹੜੀ ਗੱਲ ਸੱਚੀ ਹੈ ਸੱਚੀ ਹੈ। ਮੈਂ ਕਿਹਾ ਉਹੀ, ਮੈਂ ਕਿਹਾ ਜਦੋਂ ਤੁਸੀਂ ਮੇਰੇ ਨਾਲ ਬਾਜ਼ਾਰ ਜਾਂਦੇ ਸੀਗੇ, ਮੈਂ ਕਿਹਾ ਸ਼ੋਪਿੰਗ ਕਰਨ ਜਾਂਦੇ ਸੀ, ਕਿੱਦਾਂ ਮੈਨੂੰ ਕਹਿੰਦੇ ਸੇਲਾਂ ਦੇ ਉੱਤੇ ਲੈਣੇ? ਮੈਂ ਕਿਹਾ ਹੁਣ ਉਹੀ ਪੈਸਾ ਬੋਲਦਾ ਆ, ਮੈਂ ਕਿਹਾ ਠੀਕ ਹੈ, ਮੈਂ ਕਿਹਾ ਗੱਪਾਂ ਮੈਂ ਕਿਹਾ ਥੋੜ੍ਹੀ ਜਿਹੀ ਘੱਟ ਮਾਰਿਆ ਕਰੋ। ਨਹੀਂ, ਮਤਲਬ ਉਹ ਦੇਖੋ, ਹੁਣ ਪਹਿਲਾਂ ਤੁਹਾਡਾ ਸੇਲ 'ਚ ਜਾਂਦੇ ਸੀਗੇ, ਹੁਣ ਚਾਰ ਪੈਸੇ ਆ ਗਏ ਤੇ ਹੁਣ ਕਹਿਣ ਲੱਗਾ ਆਈ ਡੋਨਟ ਕੇਅਰ, ਮੈਂ ਤਾਂ ਬਾਹਰੋਂ ਲੈਣੀ ਹੈ ਸਮਾਨ, ਮੈਂ ਤਾਂ ਮਾਲ 'ਚੋਂ ਲੈਣੀ ਹਾਂ। ਨਹੀਂ, ਹੁਣ ਕਹਿੰਦੇ ਕਿ ਮੈਂ ਪੈਸਿਆਂ ਦੀ ਨਹੀਂ ਪਰਵਾਹ ਕਰਦੀ, ਮੈਂ ਜਿਹੜੀ ਚੀਜ਼ ਲੈਣੀ ਲੈ ਲਈ, ਮੈਂ ਮਹਿੰਗੀ ਵੀ ਲੈ ਲੈਣੀ, ਮੈਨੂੰ ਨਹੀਂ ਪੈਸੇ ਦੀ ਪਰਵਾਹ। ਆ ਸ਼ੌਂਕ ਦਾ ਕੋਈ ਮੂਲ ਥੋੜੀ ਆ ਕਿਤੇ ਉਹਨੇ ਕਿਹਾ ਹੋਣਾ, ਹੈ ਨਾ? ਰਾਈ ਉਹ ਤਾਂ ਮੈਂ ਆਪਣੀ ਥੋੜੀ ਜਿਹੀ ਨਾ ਬੰਦੇ ਨੂੰ ਨਾ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ। ਸਹੀ ਗੱਲ ਹੈ, ਕਹਿੰਦੇ ਨਾ ਬੰਦੇ ਨੂੰ ਆਪਣੀ ਵਕਾਰ ਨਹੀਂ ਭੁੱਲਣੀ ਚਾਹੀਦੀ, ਗੱਪਾਂ ਨਹੀਂ ਚਾਹੀਦੀਆਂ ਵੀ ਇੰਨੀਆਂ ਗੱਪਾਂ ਮਾਰੋ ਜਿਹਨੂੰ ਨਾ, ਤੁਸੀਂ ਗੱਪਾਂ ਉਹਦੇ ਕੋਲ ਮਾਰੋ ਜਿਹਨੂੰ ਨਾ ਪਤਾ ਹੋਵੇ, ਨਾ ਪਤਾ ਹੋਏ ਉਹ ਤੁਹਾਡੇ ਵਿਸ਼ਵਾਸ ਕਰ ਸਕਦਾ, ਸਾਡੇ ਵਰਗੇ ਨਹੀਂ ਵਿਸ਼ਵਾਸ ਕਰ ਸਕਦੇ। ਹੁਣ ਕਈ ਵਾਰ ਹੁੰਦਾ ਹੈ ਮੈਂ ਆਪ ਗੱਪਾਂ ਮਾਰ ਲੈਂਦੀ, ਪਰ ਮੈਂ ਹਿਸਾਬ ਦੀਆਂ ਮਾਰਨੀਆਂ, ਹੁਣ ਮੈਂ ਜਦੋਂ ਚੈਨਲ 'ਚ ਆਉਂਦੀ ਹਾਂ ਨਾ ਇੱਥੇ, ਇਹਨਾਂ ਨਾਲ ਮੈਂ ਗੱਪਾਂ ਮਾਰਦੀ, ਇਹ ਸੂਟ ਮੇਰੇ ਬਾਹਰੋਂ ਆਇਆ ਆ, ਆਹ ਚੂੜੀਆਂ ਮੇਰੀਆਂ ਬਾਹਰੋਂ ਆਈਆਂ ਨੇ, ਜਦਕਿ ਮੈਨੂੰ ਪਤਾ ਮੈਂ ਕਿੱਥੋਂ ਲਿੱਤੀਆਂ ਹੋਈਆਂ, ਪਰ ਮੈਨੂੰ ਪਤਾ ਵੀ ਇਹਨਾਂ ਨੂੰ ਥੋੜ੍ਹੀ ਪਤਾ ਲੱਗਣਾ ਮੈਂ ਕਿੱਧਰੋਂ ਲੈ ਕੇ ਆਈ ਹਾਂ। ਹੁਣ ਸਾਰਿਆਂ ਨੂੰ ਪਤਾ ਲੱਗ ਗਿਆ, ਹੁਣ ਤੁਸੀਂ ਨੈਸ਼ਨਲ ਟੀਵੀ ਤੇ ਦੱਸ ਦਿੱਤਾ, ਦੱਸਣਾ ਨਹੀਂ ਆ ਮੈਂ ਕਿਸੇ ਨੂੰ, ਹੈ ਨਾ? ਨਹੀਂ ਤੇ ਉਹ ਇੰਨੀਆਂ ਕਿਤੇ ਚੱਲਦੀਆਂ ਨੇ, ਹੁਣ ਇਹ ਵੀ ਤਾਂ ਮੇਰੇ ਸਾਹਮਣੇ ਇੱਦਾਂ ਕਰਦੇ ਨੇ, ਇਹ ਮੇਰਾ ਬ੍ਰੈਂਡ, ਬ੍ਰੈਂਡਿਡ ਮੈਂ ਸ਼ਰਟ ਪਾਈ ਆ, ਆਹ ਪਾਇਆ ਆ, ਫਿਰ ਮੈਨੂੰ ਵੀ ਬੋਲਣਾ ਪੈਂਦਾ ਆ।
ਦੂਜੇ ਬੰਦੇ ਨੂੰ ਨਾ ਪਤਾ ਹੋਏ, ਜੇ ਬੰਦੇ ਨੂੰ ਪਤਾ ਨਾ ਤੁਸੀਂ ਗੱਪ ਮਾਰੋ ਤੇ ਫੜੇ ਜਾਓਗੇ, ਫਿਰ ਬੇਇੱਜ਼ਤੀ ਹੋਣੀ ਆ। ਹੁਣ ਮੈਂ ਵੀ ਧਿਆਨ ਚ ਰੱਖਿਆ ਕਰਨਾ ਵੀ ਕਿਹੜੀ ਗੱਪ ਮਾਰਨੀ ਆ ਕਿਹੜੀ ਨਹੀਂ। ਠੀਕ ਹੈ ਜੀ, ਇਹ ਤਾਂ ਸੀਗਾ ਸਾਡਾ ਟੋਪਿਕ ਗੱਪਾਂ, ਬਾਹਲੀਆਂ ਗੱਪਾਂ ਮਾਰਨੀਆਂ ਲੱਗਦਾ ਹੁਣ ਅੱਜ ਟਾਈਮ ਦਾ ਪਤਾ ਹੀ ਨਹੀਂ ਲੱਗਿਆ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਜਿੰਨੇ ਵਾਰ ਟੋਪਿਕ ਲੈ ਕੇ, ਨਵੀਆਂ ਗੱਪਾਂ ਲੈ ਕੇ, ਨਵੀਆਂ ਗੱਲਾਂ ਲੈ ਕੇ, ਪਰ ਇਸੇ ਸ਼ੋਅ ਦੇ ਵਿੱਚ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ, ਬਾਏ।